ਜੀ ਤੇ ਸੱਜਣੋ ਤੇ ਬਿੱਲੀਓ ਮਿੱਤਰੋ ਤੇ ਛਿਲੀਓ ਕੀ ਹੋਇਆ ਤੈਨੂੰ ਮੈਡਮ ਅਸੀਂ ਅੱਜ ਪ੍ਰੋਡਿਊਸਰ ਵੀ ਲੈਣ ਲੱਗੇ ਹਾਂ ਤੈਨੂੰ ਨਹੀਂ ਪਤਾ ਜਨਾਬ ਅਸੀਂ ਅੱਜ ਤੁਹਾਨੂੰ ਵੀ ਦੱਸ ਦਿੰਦੇ ਹਾਂ ਅੱਜ ਅਸੀਂ ਇੱਕ ਬਹੁਤ ਜਿਹੜੀ ਸਾਡੀ ਮੂਵੀ ਸੀ ਨਾ ਯਾਦ ਕਰੋ ਇੱਕ ਮੋਲੀ ਸੀ ਜਿਹੜੀ ਸਾਡੀ ਮੂਵੀ ਲੈ ਕੇ ਭੱਜ ਗਈ ਸੀ ਅਤੇ ਫਿਰ ਉਹ ਪਲੇਨ ਦੇ ਵਿੱਚ ਆ ਖੁਦ ਗ੍ਰੈਂਡ ਹੋ ਗਈ ਸੀ ਅਤੇ ਫਿਰ ਹੁਣ ਉਹ ਜਿਹੜੀ ਗ੍ਰੈਂਡ ਹੋ ਗਈ ਸੀ ਨਾ ਅਸੀਂ ਆਪਣੇ ਕੋਲ ਅਸੀਂ ਉਹਦੀ ਕੋਲੋਂ ਆਪਣੀ ਮੂਵੀ 'ਤੇ ਲੈ ਆਏ ਸਾਂ ਵਾਪਸ ਅਤੇ ਉਹ ਮੂਵੀ ਰਿਲੀਜ਼ ਹੋ ਗਈ ਹੈ ਅੱਜ ਦਾ ਪਹਿਲਾ ਦਿਨ ਰਿਲੀਜ਼ ਦਾ ਪਹਿਲੀ ਡੇਟ ਓਪਨਿੰਗ ਮੂਵੀ ਓਪਨਿੰਗ ਤੁਸੀਂ ਆਖ ਲਵੋ ਹੋਣੀ ਹੈ ਅਤੇ ਜਨਾਬ ਅਸੀਂ ਇੱਕ ਬਹੁਤ ਵੱਡੇ ਪ੍ਰੋਡਿਊਸਰ ਬਣ ਗਏ ਹਾਂ ਅਤੇ ਪ੍ਰੋਡਿਊਸਰ ਬਣਨ ਤੋਂ ਬਾਅਦ ਅਸੀਂ ਅੱਜ ਪੂਰੇ ਫੁੱਲ ਪ੍ਰੋਟੋਕੋਲ ਦੇ ਨਾਲ ਉਸ ਸੈਨਮਾ ਦੇ ਵਿੱਚ ਜਾਵਾਂਗੇ ਜਨਾਬ ਸਾਡਾ ਪੁੱਤਰ ਵੀ ਆ ਗਿਆ ਇਹ ਸਾਡਾ ਪੁੱਤਰ ਹੈ ਅਸੀਂ ਇੱਕ ਲੈਮੋਜ਼ੀਨ ਵੀ ਕਿਰਾਏ 'ਤੇ ਮੰਗਾ ਲਈ ਅਤੇ ਡਰਾਈਵਰ ਵੀ ਹੁਣ ਅਸੀਂ ਇੱਥੋਂ ਜਨਾਬ ਵਾਲੀ ਫੁੱਲ ਅਸਲ ਸਹੀ ਪ੍ਰੋਟੋਕੋਲ ਵਾਲੇ ਦੇ ਨਾਲ ਜਾਵਾਂਗੇ ਚੈੱਕ ਕਰੋ ਡਰੋਨ ਕੈਮਰੇ ਸ਼ੋਟ ਦੇ ਨਾਲ ਅਸੀਂ ਹੁਣ ਉਸ ਸੈਨਮੇ ਦੇ ਵਿੱਚ ਪਹੁੰਚਣਾ ਹੈ ਇਹ ਫੁੱਲ ਪ੍ਰੋਟੋਕੋਲ ਦੇ ਨਾਲ ਅਤੇ ਜਨਾਬ ਬਾਅਦ ਸਾਡੀ ਉਹ ਮੂਵੀ ਰਿਲੀਜ਼ ਹੋ ਜਾਣੀ ਉਹਨੇ ਬਹੁਤ ਜ਼ਿਆਦਾ ਬਿਜ਼ਨਸ ਕਰਵਾਈ ਉਹਨੇ ਅਵੈਂਜਰਸ ਦਾ ਇਨਫਿਨਿਟੀ ਵਾਰ ਅਤੇ ਜਿੰਨੀਆਂ ਵੀ ਵੱਡੀਆਂ ਵੱਡੀਆਂ KGF ਅਤੇ ਬਾਹੂਬਲੀ ਵਾਲੀਆਂ ਮੂਵੀਆਂ ਨੇ ਨਾ ਉਹਨੇ ਉਹ ਸਾਰੀਆਂ ਮੂਵੀਆਂ ਦਾ ਰਿਕਾਰਡ ਤਰੋੜ ਪਾਉਣ ਦੇ ਨਾਲ ਅਤੇ ਬਸ ਇਹ ਅਸੀਂ ਪਹੁੰਚ ਗਏ ਹਾਂ ਉਸ ਜਗ੍ਹਾ ਦੇ ਉੱਤੇ ਜਨਾਬ ਹੁਣ ਇੱਥੋਂ ਅਸੀਂ ਰੈੱਡ ਕਾਰਪੇਟ ਦੇ ਉੱਤੋਂ ਦੀ ਮਾਡਰਨ ਵਾਲੀ ਵਾਕ ਕਰਦੇ ਹੋਏ ਜਨਾਬ ਹੈ ਵੱਡੇ ਫੇਮਸ ਪ੍ਰੋਡਿਊਸਰ ਅਤੇ ਐਕਟਰ ਅਤੇ ਪਤਾ ਨਹੀਂ ਕੀ ਵਾਲੀ ਵਾਕ ਕਰਦੇ ਹੋਏ ਜਨਾਬ ਹੈ ਫੁੱਲ ਸਟਾਈਲ ਮਾਰ ਕੇ ਜਨਾਬ ਜਾ ਰਹੇ ਹਾਂ ਸੈਨਮਾ ਦੇ ਅੰਦਰ ਇਹ ਸੈਨਮਾ ਹਾਊਸ ਸਾਹਮਣੇ ਜਨਾਬ ਚੈੱਕ ਕਰੋ ਲੋਸ ਸੈਂਟੋਸ ਦਾ ਇਹ ਇੱਥੇ ਨਾ ਜਿਹੜੀਆਂ ਹੀਰੋਇਨ ਨੇ ਜਿਨ੍ਹਾਂ ਦੇ ਵਿੱਚ ਕੰਮ ਕੀਤਾ ਹੀਰੋ ਵਗੈਰਾ ਉਹ ਸਾਰੇ ਨੇ ਅਤੇ ਇਹ ਸਾਡਾ ਪ੍ਰੋਡਿਊਸਰ ਯਾਰ ਜਿਹਨੇ ਸਾਡੇ ਨਾਲ ਮੂਵੀ ਵਿੱਚ ਕੰਮ ਕਰਵਾਇਆ ਸੀ ਅਤੇ ਜਿਹੜਾ ਇਹਨਾਂ ਜਿਹਦੀ ਵਜ੍ਹਾ ਤੋਂ ਅਸੀਂ ਇਹ ਮੂਵੀ ਵਿੱਚ ਮੂਵੀ ਦੇ ਵਿੱਚ ਹਿੱਸਾ ਲੈ ਸਕੇ ਹਾਂ ਅਤੇ ਇਹ ਉਹ ਬੰਦਾ ਜਿਹਨੂੰ ਅਸੀਂ ਕੁੱਟਿਆ ਫੰਡੇ ਅਸੀਂ ਯਾਦ ਕਰੋ ਜਿਹੜਾ ਉਹਦੇ ਤੁਰ ਗਿਆ ਭੱਜ ਕੇ ਅਤੇ ਯਾਰ ਸਾਡੀ ਜਿਹੜੀ ਫੈਮਿਲੀ ਦੀਆਂ ਜਿਹੜੀਆਂ ਸਾਡੀ ਇੱਕ ਬੀਵੀ ਅਤੇ ਇੱਕ ਬੇਟੀ ਹੈ ਉਹ ਨਹੀਂ ਪਹੁੰਚੀ ਅਜੇ ਤਾਈ ਉਹਨਾਂ ਦੇ ਨਾਲ ਪਤਾ ਨਹੀਂ ਕੀ ਹੋ ਗਿਆ ਉਹ ਤਾਂ ਨਹੀਂ ਅਜੇ ਤੱਕ ਆਈ ਕੋਈ ਨਹੀਂ ਅਤੇ ਉਹ ਯਾਰ ਇਹ ਉਹ ਹੀ ਆ ਗਿਆ ਬੰਦਾ ਐਫ ਆਈ ਬੀ ਵਾਲਿਆਂ ਦਾ ਵੀ ਅਤੇ ਇਹ ਡਿਵਾਈਨ ਇਹਦਾ ਨਾਮ ਹੈ ਡੈਵਿਨ ਅਤੇ ਇਹ ਡੈਵਿਨ ਬੜਾ ਚਬਲ ਜਿਹਾ ਬੰਦਾ ਵੇ ਇਹਦੀ ਨਾਲ ਹੀ ਸੀ ਮੋਲੀ ਅਤੇ ਮੋਲੀ ਜੀ ਨੇ ਉਸਨੂੰ ਮਾਰ ਦਿੱਤਾ ਸੀ ਅਤੇ ਜਨਾਬ ਇਹ ਕੀ ਜਨਾਬ ਵਾਲੀ ਸਾਡੇ ਨਾਲ ਫੋਟੋ ਖਿਚਾ ਕੇ ਅਤੇ ਨਾਲ ਸਾਨੂੰ ਕਹਿ ਰਿਹਾ ਹੈ ਕਿ ਤੈਨੂੰ ਆਪਣੀ ਬੀਵੀ ਦੀ ਫਿਕਰ ਕਰਨੀ ਚਾਹੀਦੀ ਹੈ ਵੇਖੋ ਅਜੇ ਤੱਕ ਆਈ ਕੋਈ ਨਹੀਂ ਅਤੇ ਮੈਂ ਆ ਗਿਆ ਵਾਂ ਇਹਦਾ ਮਤਲਬ ਹੈ ਕਿ ਭੈਣ ਚੋਦ ਇੰਨੇ ਜਿਹੜਾ ਨਾ ਸਾਡੀ ਬੀਵੀਆਂ ਸਾਡੀ ਬੇਟੀ ਨਾਲ ਕੁਝ ਕਰ ਦਿੱਤਾ ਜਲਦੀ ਜਲਦੀ ਸੀ ਹੁਣ ਯਾਰ ਕਾਰ ਚਲੀਏ ਜਨਾਬ ਕਿਤੇ ਕੋਈ ਮਸਲਾ ਹੀ ਨਾ ਬਣ ਗਿਆ ਹੋਵੇ ਸਾਡੀ ਬੀਵੀ ਜਾਂ ਸਾਡੀ ਬੇਟੀ ਕਿਤੇ ਖਤਰੇ ਦੇ ਵਿੱਚ ਨਾ ਹੋਵੇ ਯਾਰ ਲੈਮੋਜ਼ੀਨ ਉੱਤੇ ਜਾਣ ਲੱਗਿਆ ਬੜੀ ਦੇਰ ਲੱਗ ਜਾਣੀ ਹੈ ਅਸੀਂ ਜਨਾਬ ਇਹ ਇੱਥੇ ਪਈ ਇੱਕ ਇਹਨੂੰ ਕੀ ਕਹਿੰਦੇ ਨੇ ਲੈਂਬੋਰਗਿਨੀ ਰੈੱਡ ਕਲਰ ਦੀ ਰੇਸਿੰਗ ਪਈ ਹੈ ਜਲਦੀ ਜਲਦੀ ਅਸੀਂ ਕਾਰ ਚਲੀਏ ਤੂੰ ਫੁੱਲ ਸਪੀਡ 420 ਦੇ ਉੱਤੇ ਮੰਡ ਗਏ ਕਿਉਂਕਿ ਕਾਰ ਤੂੰ ਸਾਡਾ ਤਕਰੀਬਨ 37 ਕਿਲੋਮੀਟਰ ਦੂਰ ਹੈ ਅਸੀਂ ਬਿਲਕੁਲ ਸ਼ਹਿਰ ਲੋਸ ਸੈਂਟੋਸ ਦੀ ਇੱਕ ਨੁੱਕਰ ਉੱਤੇ ਸੈਨਮਾ ਹਾਊਸ ਆਏ ਸਾਂ ਹੁਣ ਜਨਾਬ ਵਿੱਚ ਮੈਂ 20 ਮਿੰਟ ਦੀ ਵੀਡੀਓ ਸਕਿੱਪ ਕੀਤੀ ਹੈ ਅਤੇ ਮੈਂ ਅਜੇ ਵੀ ਨਹੀਂ ਪਹੁੰਚਿਆ ਉਸ ਜਗ੍ਹਾ ਦੇ ਉੱਤੇ ਜਲਦੀ ਜਲਦੀ ਮੈਂ ਆਪਣੀ ਫੁੱਲ ਸਪੀਡ ਮੰਡੀ ਹੈ ਹੁਣ ਜਨਾਬ ਹੈ ਕਾਰ ਦੇ ਕੋਲ ਅਸੀਂ ਪਹੁੰਚ ਗਏ ਤਕਰੀਬਨ ਮੈਂ ਅੱਧੇ ਘੰਟੇ ਦੀ ਵੀਡੀਓ ਵਿੱਚ ਸਕਿੱਪ ਕਰਕੇ ਅਤੇ ਜਨਾਬ ਇਹ ਵੇਖੋ ਇਹ ਕੌਣ ਉਹ ਇਹੋ ਜਨਾਬ ਹੈ ਗਾਰਡ ਸਾਡੇ ਅੰਦਰ ਜਾ ਰਹੇ ਨੇ 2 ਜੀਪਾਂ ਵੀ ਖਲੋਤੀਆਂ ਨੇ 2 ਮਿੰਟ ਮੈਂ ਆਪਣੀ ਪਿਸਟਲ ਬਾਹਰ ਕੱਢ ਲੈਣਾ ਵਾ ਅਤੇ ਉਹ ਇਹੋ ਜਨਾਬ ਇਹਨਾਂ ਨੇ ਸਾਡੀ ਬੀਵੀ ਨੂੰ ਫੜਿਆ ਹੀ ਇੱਕ ਮਿੰਟ ਜਨਾਬ ਇਹਦੇ ਤਾਂ ਮੈਂ ਢਿੱਡ ਵਿੱਚ ਮਾਰੀ ਇਹਦਾ ਗੁਰਦਾ ਪਾਟ ਗਿਆ ਹੋਣਾ ਵਿੱਚ ਉਹਦੀ 2 ਪੀਸ ਹੋ ਗਏ ਨੇ ਅਤੇ ਸਾਡੀ ਬੇਟੀ ਵੀ ਜਨਾਬ ਖਤਰੇ ਵਿੱਚ ਆ ਚੱਕੂ ਰਾਜ ਜਨਾਬ ਬੇਟੀ ਨੇ ਸਾਡੇ ਦਿਨ ਨੇ ਗਨ ਪੁਆਇੰਟ ਦੇ ਉੱਤੇ ਰੱਖੇ ਆ ਕਲੋ ਕਲੋ ਇਹਦੇ ਮੈਂ ਲੱਤ ਉੱਤੇ ਮਾਰਨਾ ਕਿਤੇ ਸਾਡੀ ਬੇਟੀ ਨੂੰ ਵਜਿਆ ਹੈ ਉਹ ਭੈਣ ਤੂੰ ਇਹਨੂੰ ਇਹਦੇ ਗੋਡੇ ਉੱਤੇ ਵਜੀ ਗੋਡੇ ਨਾਲ ਇਹਦਾ ਕੰਮ ਹੋ ਗਿਆ ਇਹਨੇ 'ਚ ਦੀਆਂ ਮਰ ਗਿਆ ਚੈੱਕ ਕਰੋ ਜਨਾਬ ਇਹ ਤਾਂ ਕੰਮ ਮਰ ਗਿਆ ਤਾ ਹੁਣ ਜਲਦੀ ਜਲਦੀ ਅਸੀਂ ਅੱਗੇ ਚੱਲੀਏ ਅੱਗੇ ਹੁਣ ਜਿਹੜੇ ਬੰਦੇ ਜਿੰਨੇ ਵੀ ਬੰਦੇ ਨੇ ਨਾ ਉਹਨਾਂ ਸਾਰਿਆਂ ਨੂੰ ਅਸੀਂ ਜਲਦੀ ਜਲਦੀ ਉਹਨਾਂ ਦਾ ਕੰਮ ਖਤਮ ਕਰੀਏ ਖੇਲ ਖਲਾਸ ਕਰੀਏ ਕਿਉਂਕਿ ਸਾਡੀ ਬੀਵੀ ਨੂੰ ਬਹੁਤ ਜ਼ਿਆਦਾ ਖਤਰਾ ਹੈ ਅਤੇ ਸਾਡੀ ਬੇਟੀ ਨੂੰ ਵੀ ਹੁਣ ਅਸੀਂ ਆਪਣੀ ਬੀਵੀ ਅਤੇ ਬੇਟੀ ਨੂੰ ਤਾਂ ਕਹਿ ਦਿੱਤਾ ਕਿ ਬਾਈ ਤੁਸੀਂ ਥੱਲੇ ਛੁੱਪ ਕੇ ਬਹੁਤ ਅਸੀਂ ਇਹਨਾਂ ਦੇ ਗਾਰਡਾਂ ਦਾ ਤਮਾਮ ਕਰਦੇ ਹਾਂ ਇੱਕ ਵਾਰੀ ਕਾਮ ਤਮਾਮ ਇੱਕ ਗਾਰਡ ਦੇ ਉੱਤੇ ਮੈਂ ਢੇਡ 'ਚ ਮਾਰੀ ਉਹ ਜਨਾਬ ਗ੍ਰਨੇਡ ਇੱਕ ਮਿੰਟ ਹੁਣ ਇਹਨਾਂ ਨੇ ਗ੍ਰਨੇਡ ਸੁੱਟ ਦਿੱਤਾ ਸੀ ਇੱਥੇ ਖਲੋਵੋ ਤੁਹਾਡੀ ਅਸੀਂ ਪਹਿਲਾਂ ਇਹਨਾਂ ਨੂੰ ਮੈਂ ਸਿੱਧਾ ਦਿਲ ਦੇ ਉੱਤੇ ਮਾਰਿਆ ਚੈੱਕ ਕਰੋ ਇਹਦੀ ਬੁਲੇਟ ਪਰੂਫ ਜੈਕਟ ਵੀ ਇਹਨੂੰ ਨਹੀਂ ਬਚਾ ਸਕੀ ਹੋਰ ਕਿਹੜੇ ਬੰਦੇ ਨੇ ਜਨਾਬ ਇਹ ਵੀ ਤੂੰ ਵੀ ਅੰਦਰ ਵੜਿਆ ਤੇਰੀ ਭੈਣ ਦੀ ਸੀਰੀ ਇੱਥੇ ਖਲੋ ਨਹੀਂ ਦਿਆ ਵੱਡਿਆ ਬਦਮਾਸ਼ਾ ਪਾਪਾ ਜੀ ਇੱਕ ਮਿੰਟ ਮੈਂ ਆਪਣੀ ਐਨ ਕਰ ਲਈ ਹੈ ਬੱਤੀ ਜਿਹਦੇ ਨਾਲ ਮੇਰੇ ਤੋਂ ਏਮ ਨਹੀਂ ਕਰ ਸਕਦੇ ਖਲੋ ਤੂੰ ਕੀ ਸਾਡੇ ਡਾਇਨਿੰਗ ਟੇਬਲ ਦੇ ਪਿੱਛੇ ਚੁੱਪਿਆ ਸਾਡੀ ਸਾਰਾ ਕਿਚਨ ਦਾ ਨਕਸ਼ਾ ਖਰਾਬ ਕਰ ਦਿੱਤਾ ਵਗੈਰਾ ਤੇ ਬੱਚੇ ਨੇ 2 ਮਿੰਟ ਮੈਂ ਤੂੰ ਪਿੱਛੋਂ ਹੋ ਕੇ ਜਾਂਦਾ ਵਾ ਉਹ ਕਿੱਥੇ ਭੱਜ ਰਹੇ ਹੋ ਖਲੋ ਜਨਾਬ ਇਹਨਾਂ ਦਾ ਤਾਂ ਮੈਂ ਕੰਮ ਕਰਦਾ ਇੱਕ ਮਿੰਟ ਹੋਇਆ ਏਮ ਨਹੀਂ ਹੋਇਆ ਸਹੀ ਤਰ੍ਹਾਂ ਮੇਰੇ ਕੋਲ ਸਾਹਮਣੇ ਆ ਤੂੰ ਸਾਹਮਣੇ ਆ ਵਾਹ ਕਿਆ ਬਾਤ ਹੈ ਸਾਹਮਣੇ ਆਪ ਹੀ ਆ ਗਈ ਫਿਰ ਟੁਰ ਗਈ ਵਗੈਰਾ ਤਾਂ ਬੱਚਾ ਪਿੱਛੇ ਕੋਈ ਨਹੀਂ ਇਹਨਾਂ ਨੂੰ ਅਸੀਂ ਅੱਗੇ ਜਾ ਕੇ ਮਾਰ ਲੈਂਦੇ ਹਾਂ ਇੱਕ ਮਿੰਟ ਇਹਨਾਂ ਦਾ ਮੈਂ ਅੱਗੇ ਕਿਧਰੇ ਟੁਰ ਗਏ ਮੈਨੂੰ ਅੱਗੇ ਜਾਣਾ ਹੀ ਪੈਣਾ ਹੁਣ ਭੈਣ ਚੋਦ ਬਾਹਰ ਨਿਕਲ ਗਏ ਨੇ ਇੱਕ ਮਿੰਟ ਤੇ ਰਾਵੀ ਤੇ ਰਾਵ ਤੁਹਾਡੇ ਮੈਂ ਸਿਰ ਦੇ ਉੱਤੇ ਗੋਲੀ ਮਾਰਾਂ 3-4 ਖਲੋ ਜਾ ਇਹਦਾ ਵੀ ਇਹਨਾਂ ਨੂੰ ਮੈਂ ਸਹੀ ਠੋਕ ਕੇ ਮਾਰਿਆ ਇੱਕ ਮਿੰਟ ਇਹਦਾ ਵੀ ਕੰਮ ਹੋ ਗਿਆ ਹੁਣ ਜਨਾਬ ਬਾਹਰ ਚਲੀਏ ਬਾਹਰ ਸਾਡੇ ਜਿਹੜਾ ਲਾਨ ਹੈ ਜਾਂ ਜਿਹੜਾ ਸਾਡਾ ਗਾਰਡਨ ਸਵਿਮਿੰਗ ਪੂਲ ਵਗੈਰਾ ਇੱਥੇ ਤਾਂ ਨਹੀਂ ਕੋਈ ਬੰਦਾ ਹੈ ਉਹ ਭੈਣ ਚੋਦ ਕਿੱਥੋਂ ਨਿਕਲ ਆਇਆ ਤੂੰ ਅੰਨੀ ਦੇ ਆ ਖਲੋ ਇਹ ਹਜੇ ਵੀ ਦਿੰਦਾ ਹੀ ਦੂਜਾ ਲਾ ਦੋਨੋਂ ਮੈਨੂੰ ਇੱਕ ਨੂੰ ਤਾਂ ਮੈਂ ਹੈਡਸ਼ਾਟ ਮਾਰਿਆ ਅਤੇ ਇੱਕ ਨੂੰ ਮੈਂ ਵੱਖੀ ਸ਼ਾਟ ਮਾਰ ਦਿੱਤਾ ਇੱਕ ਮਿੰਟ ਕਿੱਧਰ ਗਿਆ ਤੂੰ ਇੱਧਰ ਆ ਇੱਧਰ ਆ ਮੇਰੀ ਜਾਨ ਵੱਡਾ ਵੇਖ ਐਨਕਾਂ ਲਾ ਕੇ ਇੱਥੇ ਤੂੰ ਬੀਚ ਉੱਤੇ ਆਇਆ ਉਹ ਜਨਾਬ ਇੱਕ ਹੋਰ ਜੀਪ ਆ ਗਈ ਹੈ ਇੱਕ ਦੋ ਨੇ ਪਤਾ ਨਹੀਂ ਪਾਇਆ ਵੀ ਇੱਕ ਜੀਪ ਬੜੀ ਖਤਰਨਾਕ ਵਾਲੀ ਹੈ ਫਿਰ
ਅੰਨੀ ਦਾ ਆਗੂੰਦਾ ਬੱਚੇ ਸਾਨੂੰ ਪਤਾ ਨਹੀਂ ਲੱਗਿਆ ਹੁਣ ਜਲਦੀ ਜਲਦੀ ਯਾਰ ਅਸੀਂ ਆਪਣੀ ਫੈਮਿਲੀ ਕੋਲ ਚਲੀਏ ਵੇਖੀਏ ਉਸ ਕਿਉਂ ਇਹਨਾਂ ਨੂੰ ਅਸੀਂ ਕਿਹਾ ਸੀ ਵੀ ਕੁੰਡੀ ਲਾ ਕੇ ਸਿਰ ਥੱਲੇ ਕਰਕੇ ਬਹਿ ਜਾ ਉਹ ਤੇਰੀ ਖੈਰ ਜਨਾਬ ਇਹਨਾਂ ਸਾਡੇ ਸਿਰ ਉੱਤੇ ਗੋਲੀ ਮਾਰ ਦਿੱਤੀ ਹੈ ਗੋਲੀ ਤਾਂ ਨਹੀਂ ਬੜੀ ਜ਼ੋਰ ਦੀ ਪਿਸਟਲ ਮਾਰੀ ਇਹਨੇ ਕਿਹਾ ਉਹ ਭੈਣ ਯਾਰ ਇਹਨੇ ਸਾਨੂੰ ਕਿਹਾ ਇਹ ਕੀ ਹੋ ਗਿਆ ਇਹਨੇ ਸਾਨੂੰ ਗਨ ਪੁਆਇੰਟ ਉੱਤੇ ਰੱਖ ਲਿਆ ਸੀ ਅਤੇ ਇਹ ਜਨਾਬ ਯਾਰ ਸਾਡੀ ਬੇਟਾ ਸਾਡਾ ਬੇਟਾ ਆ ਗਿਆ ਜਿੰਮੀ ਜਿਹੜਾ ਨਾ ਜਿੰਮੀ ਕਿਧਰੋਂ ਲੈਟਰ ਬੰਦ ਕਰਕੇ ਗ੍ਰੀਨ ਸਕੋਪ ਲਾ ਕੇ ਆ ਗਿਆ ਇੱਧਰ ਆ ਜਨਾਬ ਉਹਦੇ ਸਿਰ ਦੇ ਵਿੱਚ ਨੇ ਉਹ ਜਿਹੜਾ ਨਹੀਂ ਹੁੰਦਾ ਗੁਲਦਸਤਾ ਜਿਹਾ ਜਿਹਦੇ ਵਿੱਚ ਫੁੱਲ ਰੱਖੀ ਦੇ ਨੇ ਉਹ ਮਾਰਿਆ ਤਾਂ ਜਨਾਬ ਉਹ ਬੇਹੋਸ਼ ਹੋ ਗਿਆ ਅਤੇ ਹੁਣ ਪਤਾ ਨਹੀਂ ਕਿੱਥੇ ਖਲੋ ਗਿਆ ਉਹ ਖਲੋ ਪਰ ਜਾਣੀ ਦਿਆ ਕੀ ਕਰ ਰਿਹਾ ਪਰਾਂ ਉਹ ਪਰਾਂ ਉਹ ਧੀ ਆਵਿਆਂ ਦਿਆ ਓਹੋ ਸੋਰੀ ਸੋਰੀ ਜਨਾਬ ਅਲੀ ਹੁਣ ਇਹਨਾਂ ਨੂੰ ਤਾਂ ਅਸੀਂ ਇੱਥੇ ਕਿਹਾ ਕਿ ਬਈ ਤੁਸੀਂ ਅੰਦਰ ਰਹੋ ਅਤੇ ਅਸੀਂ ਇੱਕ ਦੋ ਕਾਲ ਕਰਨੀ ਹੈ ਇਹ ਹੁਣ ਇਹ ਲਾਸ਼ਾਂ ਲੂਸ਼ਾਂ ਅਸੀਂ ਜਨਾਬ ਸਾਰੀਆਂ ਚੁਕਵਾ ਦਿੱਤੀਆਂ ਨੇ ਆਪਣੇ ਘਰ ਦੇ ਵਿੱਚੋਂ ਸਭ ਕੁਝ ਅਸੀਂ ਸੈੱਟ ਕਰਾ ਦਿੱਤਾ ਅਤੇ ਹੁਣ ਯਾਰ ਅਸੀਂ ਲੈਸਟਰ ਨੂੰ ਫੋਨ ਕਰਕੇ ਸਾਰੇ ਗੱਲ ਕਰ ਦਿੱਤੀ ਹੈ ਬਈ ਡੈਵਿਨ ਬੜਾ ਚਵਲ ਬੰਦਾ ਤੂੰ ਬਾਜ ਕੇ ਰਹੋ ਤਾਂ ਉਹਨੂੰ ਅਸੀਂ ਉਹਨੇ ਕੋਲ ਤੂੰ ਛੱਡਣਾ ਨਹੀਂ ਅਤੇ ਯਾਰ ਅੱਜ ਦੀ ਜਿਹੜੀ ਹੈ ਨਾ ਵੀਡੀਓ ਦੇ ਵਿੱਚ ਬਸ ਇਹ ਜੇ ਤੁਹਾਨੂੰ ਇਸ ਵੀਡੀਓ ਪਸੰਦ ਆਈ ਇਹਦੇ 'ਚ ਮਜ਼ਾ ਆਇਆ ਯਾਰ ਚੈਨਲ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ ਚੰਗਾ ਯਾਰ ਫਿਰ ਤੁਹਾਨੂੰ ਮਿਲਦੇ ਹਾਂ ਕੱਲ੍ਹ ਦੀ ਇਨਸ਼ਾਅੱਲਾ ਅਗਲੀ ਦਮਦਾਰ ਧਮਾਕੇਦਾਰ ਖਤਰਨਾਕ ਐਪੀਸੋਡ ਵਿੱਚ ਚੰਗਾ ਬਾਈ ਫਿਰ